स्थानक गौशाला रोड ते बनिया दुकाना दा मसला अज दूजे दिन भी सुलझन दा नाम नहीं लै रहा। दुकानदारा वालों अपने दुकाना नू रिपेयर करन लई कार्रवाई शुरू की गई सी, जिस ते गौशाला प्रधान ते साथियों वालों इतराज जताया गया, जिस दे बाद गौशाला मार्केट वालों प्रधान दे खिलाफ़ नारेबाजी भी की गई, धरना भी लगाया गया। तो अज दा सवेर दा समा रखा गया सी, पर फिर भी ये धरना मुकन दा नाम नहीं लिया, रेड़का नहीं मुकया, जिस करके अज गौशाला रोड ते पैंदियां दुकानदारां वल्लों दुकानां बंद रखियां गईयां अते गौशाला प्रधान खिलाफ़ जम के नारेबाजी की गई, जिथे मौके ते पुजी पुलिस ने शाम 4 बजे तक दा समा मंग के दोवां नूं बैठ के मसला हल करन दा आह्वान किया है। खबर चले जाण तक मसला हाले तक हल नहीं होया सी ते धरना चल रहा सी। गौशाला के अंदर इन्होंने कई बार रिकॉर्ड मंगया गया कि तुम रिकॉर्ड दो, जबकि पूरा
ਕਦੇ ਤੁਸੀਂ ਦੇਖਿਆ ਅਜੇ ਤੱਕ ਕਦੇ ਤੁਸੀਂ ਅੱਜ ਤੱਕ ਦੇਖਿਆ ਕਿ ਨੋ ਪ੍ਰੋਫਿਟ ਨੋ ਲੋਸ ਦੇ ਵਿੱਚ 1 ਕਰੋੜ ਕਿੰਨੇ ਲੱਖ ਉਹਦਾ ਖਰਚਾ ਦਿਖਾਇਆ ਇਹਨਾਂ ਨੇ ਗਊਸ਼ਾਲਾ ਦਾ ਔਰ ਓਨੀ ਹੀ ਆਮਦਨ ਦਿਖਾਈ ਹੈ ਜਿਹੜਾ ਕਿ ਬਿਲਕੁਲ ਪੋਸੀਬਲ ਨਹੀਂ ਹੈਗਾ। ਆਪਦੀ ਵਾਰੀ ਇਹ ਜਵਾਬ ਦੇਣ ਤੋਂ ਪਿਛੇੜਦੇ ਨੇ ਜਦਕਿ ਦੁਕਾਨਦਾਰਾਂ ਨੂੰ ਆ ਕੇ ਜਿਹੜਾ ਕਿ ਕੁੱਟਣ ਮਾਰਨ ਦੀਆਂ ਔਰ ਇੱਥੇ ਤੱਕ ਧਮਕੀਆਂ ਦਿੰਦੇ ਨੇ ਪਰਚੇ ਕਰਾਉਣ ਦੀਆਂ। ਮਾਮਲਾ ਹੱਲ ਨਹੀਂ ਜੀ ਫਿਲਹਾਲ ਅਸੀਂ ਜਿਹੜੇ ਸਾਡੀ 50-60 ਦੁਕਾਨ ਗਊਸ਼ਾਲਾ ਦੀ ਵਾਲੀ ਹੈਗੀ ਹੈ ਅਸੀਂ ਇਹ ਦੁਕਾਨਾਂ ਬੰਦ ਕਰਕੇ ਗਊਸ਼ਾਲਾ ਦੇ ਗੇਟ ਮੂਹਰੇ ਠਿੱਕ ਠੋਕ ਕੇ ਧਰਨਾ ਲਾ ਕੇ ਬੈਠੇ ਹਾਂ। ਜੇਕਰ ਸਾਡੀ ਮੰਗ ਪਹਿਲੀ ਮੰਗ ਹੈ ਕਿ ਸ਼ੌਕ ਗਲਵੱਦਰ ਨੂੰ ਚੱਲਦਾ ਕਰਨ, ਕੋਈ ਨੌਜਵਾਨ ਮੁੰਡਾ ਕੋਈ ਨੌਜਵਾਨ ਪਰਸਨ ਇੱਥੇ ਜਿਹਨੂੰ ਬੋਲਣ ਦੀ ਅਕਲ ਹੋਵੇ ਪੜ੍ਹਿਆ ਲਿਖਿਆ ਨੌਜਵਾਨ ਲਾਵੇ ਔਰ ਚੰਨੀ ਸਰਕਾਰ ਵੱਲੋਂ ਦਿੱਤੀ ਜਾਂਦੀ 1500 ਪੈਨਸ਼ਨ ਦੇ ਕੇ ਸ਼ੌਕ ਗਲਵੱਦਰ ਨੂੰ ਜੀ ਸਰ ਤੁਹਾਡੇ ਵੱਲੋਂ ਧਰਨਾ ਉਠਵਾਇਆ ਗਿਆ ਕੀ ਕਹਿਣਾ ਚਾਹੋਗੇ? ਮੈਂ ਧਰਨਾ ਜ਼ਬਰਦਸਤੀ ਨਹੀਂ ਠਹਿਰਿਆ, ਮੈਂ ਤਾਂ ਸਿਰਫ ਇਹਨਾਂ ਨੂੰ ਇਹ ਦੱਸਿਆ ਵੀ ਚੋਣ ਜ਼ਾਬਤਾ ਲੱਗਾ, ਚੋਣ ਜ਼ਾਬਤੇ ਵਿੱਚ ਜਿਹੜੇ ਪ੍ਰੋਟੋਕੋਲ ਹੈ ਉਹਨਾਂ ਨੂੰ ਫਾਲੋ ਕਰੋਗੇ, ਜੇ ਨਹੀਂ ਫਾਲੋ ਕਰਦੇ ਤਾਂ ਡਿਊਟੀ ਮਜਿਸਟਰੇਟ ਸਾਹਿਬ ਮੌਕੇ 'ਤੇ ਆਏ ਅਤੇ ਉਹਨਾਂ ਦੇ ਬਹੁਤ ਕਾਰਵਾਈ। ਇਹਨਾਂ ਦਾ ਕੋਈ ਦੁਕਾਨਾਂ ਦੀ ਰਿਪੇਅਰ ਦਾ ਮਸਲਾ ਹੈ, ਗਊਸ਼ਾਲਾ ਦੀ ਕਮੇਟੀ ਆ ਦੂਸਰੇ ਬੰਨੇ ਦੇ ਕੰਮ ਦਾ। ਇਹਨਾਂ ਨੇ ਕੱਲ੍ਹ ਦਰਖਾਸਤਾਂ ਦਿੱਤੀਆਂ ਦੋਨਾਂ ਧਿਰਾਂ ਦੀਆਂ, ਕੱਲ੍ਹ ਇਹਨਾਂ ਨੂੰ ਬੁਲਾਇਆ ਗਿਆ ਸੀ, ਇੱਕ ਧਿਰਨਾ ਹੀ ਗਈ, ਅੱਜ 4 ਵਜੇ ਦਾ ਦੋਨਾਂ ਧਿਰਾਂ ਨੂੰ ਟਾਈਮ ਦਿੱਤਾ ਗਿਆ। ਲਾਂਡ ਆਟੋਨਮਾ ਜਿਹੜੀ ਕੋਈ ਸੰਬੰਧਿਤ ਗੱਲ ਆ ਉਹ ਅਸੀਂ 4 ਵਜੇ ਇਹਨਾਂ ਦੀ ਗੱਲ ਸੁਣ ਕੇ ਜੋ ਬਣਦੀ ਕਾਰਵਾਈ ਸੀਨੀਅਰ ਅਫਸਰਾਂ ਦੇ ਧਿਆਨ 'ਚ ਜਾ ਕੇ ਕਰ ਦਿਆਂਗੇ। ਕਹਿੰਦਾ ਬਾਕੀ ਇਹਨਾਂ ਦਾ ਜਿਹੜਾ ਸਿਵਲ ਦਾ ਮੈਟਰ ਆ ਉਹ ਇਹਨਾਂ ਨੇ ਆਪ ਕਰਨ ਕਰਨਾ, ਕੋਰਟ 'ਚ ਜਾਣ ਵਾਂਗ ਜੋ ਐਸ ਡੀ ਐਮ ਸਾਹਿਬ ਕੋਲ ਜਾਣ ਜਾਂ ਸਿਵਲ ਪ੍ਰਸ਼ਾਸਨ ਜੋ ਵੀ ਇਹਨਾਂ ਦਾ ਕਹਿੰਦਾ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਦਿੱਤਿਆਂ। ਕੋਵਿਡ ਦੀ ਐਡੀ ਮਹਾਂਮਾਰੀ ਚੱਲ ਰਹੀ ਵੀ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਸੈਂਟਰ ਸਰਕਾਰ ਦਾ ਅਤੇ ਪੰਜਾਬ ਸਰਕਾਰ ਦਾ ਹਰ ਰੁਪਈਆ ਖਰਚ ਹੋ ਰਿਹਾ, ਬਿਨਾਂ ਇਕੱਠੇ ਹੋ ਕੇ ਉਹਨੂੰ ਫਾਲੋ ਕੀਤੇ ਤੋਂ ਬਿਨਾਂ ਇਨਫੋਰਮੇਸ਼ਨ ਰੋਕਣਾ ਇਹ ਗੱਲ ਖੈਰ ਕਰੀ। ਜੇ ਗੱਲ ਸਰ ਵੀ ਹੁਣ ਜਿਹੜਾ ਕੀ ਹੈ ਰੋਡਦਾਮ ਕੀਤਾ ਗਿਆ ਖੋਲ ਦਿੱਤਾ ਗਿਆ ਰੋਡ, ਦੇਖੋ ਤੁਹਾਡੇ ਸਾਹਮਣੇ ਹੀ ਖੁੱਲ੍ਹਾ, ਤੁਹਾਨੂੰ ਵੀ ਪਤਾ ਹੀ ਅਸੀਂ ਖੁੱਲ੍ਹਾ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ ਜੈ ਭਾਰਤ।